ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝੱਜ ਐਗਰੀਕਲਚਰ ਤੇ ਜਿਵੇਂ ਕਿ ਦੋਸਤੋ ਪਹਿਲਾਂ ਆਪਾਂ ਖੇਤੀਬਾੜੀ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਹੁੰਦੇ ਸੀ ਤੇ ਅੱਜ ਦੀ ਵੀਡੀਓ ਆਪਾਂ ਫੇਰ ਖੇਤੀ ਨਾਲ ਸੰਬੰਧਿਤ ਕਣਕ ਲਈ ਲੈ ਕੇ ਆਇਆ ਕਣਕ ਦੀ ਅੱਜ ਪਹਿਲੀ ਵੀਡੀਓ ਆਪਣੀ ਵੀ ਕਣਕ ਦੇ ਵਿੱਚ ਕਿਹੜੀ ਖਾਦ ਪਾਈ ਜਾਵੇ ਕਿੰਨੇ ਦਿਨਾਂ ਤੇ ਪਾਈ ਜਾਵੇ ਤੇ ਕਿਹੜੀ ਖਾਦ ਦੇ ਫਾਇਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੱਸ ਦੇਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਦੇ ਰਹੋ ਤੇ ਵੀਡੀਓ ਦੇ ਨਾਲ ਪੂਰੀ ਦਿਲਚਸਪੀ ਦੇ ਨਾਲ ਬਣੇ ਰਹੋ ਤੇ ਇੱਕ ਕਿਸਾਨ ਭਰਾ ਉਹ ਆਪਾਂ ਨੰਬਰ ਦਵਾਂਗੇ ਬਾਰ-ਬਾਰ ਕਮੈਂਟਾਂ ਦੇ ਵਿੱਚ ਨਾ ਪੁੱਛਿਆ ਕਰੋ ਵੀ ਭਾਈ ਜੀ ਤੁਹਾਡਾ ਨੰਬਰ ਕਿੰਨਾ ਆ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਪੂਰੀ ਦੇਖਿਓ ਫਿਰ ਤੁਹਾਨੂੰ ਇੱਕ ਆਪਣਾ ਵਟਸਐਪ ਨੰਬਰ ਮਿਲ ਜਾਵੇਗਾ ਤੁਸੀਂ ਉਹਦੇ ਉੱਪਰ ਆਪਣੀਆਂ ਸਮੱਸਿਆਵਾਂ ਦੇ ਹੱਲ ਪੁੱਛ ਸਕਦੇ ਹੋ ਤੇ ਆਜੋ ਆਪਣਾ ਕੁਲਦੀਪ ਅੱਜ ਜੂਰੀਆ ਲਾਉਣ ਜਾ ਰਿਹਾ ਤੇ ਦੱਸਦੇ ਕੁਲਦੀਪ ਆਪਣੇ ਦਰਸ਼ਕਾਂ ਨੂੰ ਕਿੰਨਾ ਮਾ ਜੂਰੀਆ ਲਾ ਰਹੇ ਆ ਆਪਾਂ ਅੱਜ ਪਹਿਲਾ ਰੇਡ ਆ ਰਿਹਾ ਹੈ ਤੇ ਕਿੰਨੇ ਦਿਨਾਂ ਦੀ ਹੋ ਗਈ ਆਪਣੀ ਕਣਕ ਤੇ ਦੋਸਤੋ ਇਹ ਅੱਜ ਆਪਣੀ ਕਣਕ ਪੂਰੇ 25 ਦਿਨਾਂ ਦੀ ਹੋ ਚੁੱਕੀ ਆ ਇਹਦੀ 4 ਨਵੰਬਰ ਦੀ ਬਜਾਈ ਆ ਤੇ ਅੱਜ 28 28 ਹੋ ਗਈ ਅੱਜ 28 ਨਵੰਬਰ ਹੋ ਚੁੱਕੀ ਆ 25ਵਾਂ ਦਿਨ ਅੱਜ 25ਵੇਂ ਦਿਨ ਆਪਾਂ ਇਹਨੂੰ ਪਾਣੀ ਲਗਾਉਣ ਜਾ ਰਹੇ ਆ ਤੇ ਪਾਣੀ ਤੋਂ ਪਹਿਲਾਂ ਆਪਾਂ ਇੱਕ ਬੈਗ ਜੂਰੀਏ ਦਾ ਪੂਰਾ 1 ਏਕੜ ਦੇ ਵਿੱਚ 45 ਕਿਲੋ ਜੂਰੇ ਦਾ ਆਪਾਂ ਐਡ ਕਰ ਰਹੇ ਹਾਂ ਤੇ ਹੁਣ ਇੱਥੇ ਬਹੁਤੇ ਕਿਸਾਨ ਭਰਾਵਾਂ ਦੇ ਮੈਸੇਜ ਜਾਂ ਸਵਾਲ ਜਵਾਬ ਇਹ ਹੁੰਦੇ ਆ ਵੀ ਕਣਕ ਨੂੰ ਪਹਿਲਾਂ ਪਾਣੀ ਲਾਓ ਫਿਰ ਉਹਦੇ ਵਿੱਚ ਜੂਰੀਆ ਪਾਓ ਜ਼ਿਆਦਾਤਰ ਟ੍ਰਿਕ ਇਹੀ ਹੁੰਦੀ ਆ ਪਰ ਆਪਣੇ ਡਾਕਟਰ ਵਾਹਣ ਨੇ ਦੇਖੋ ਮੈਂ ਪਹਿਲਾਂ ਵੀ ਕਹਿਣਾ ਉਹਨਾਂ ਵੀ ਜਿਹੜਾ ਜੂਰੀਆ ਤੁਹਾਡੇ ਖੇਤ ਤੇ ਡਿਪੈਂਡ ਆ ਵੀ ਤੁਹਾਡਾ ਖੇਤ ਕਿਹੋ ਜਿਹਾ ਤਾਂ ਆਪਾਂ ਉਹਨਾਂ ਗਿਣਤੀ ਦੇ ਜੂਰੀਆ ਲਾ ਸਕਦੇ ਆ ਕਣਕ ਵਿੱਚ ਜੂਰੀਏ 2 ਵੀ ਪੈ ਜਾਂਦੇ ਨੇ 4 ਵੀ ਪੈ ਜਾਂਦੇ ਨੇ 5 ਵੀ ਪੈ ਜਾਂਦੇ ਨੇ ਤੇ ਮੈਂ ਇਦਾਂ ਨਾ ਕਹਾਂਗਾ ਵੀ ਤੁਸੀਂ ਘੱਟ ਪਾ ਲਓ ਵੱਧ ਪਾ ਲਓ ਤੁਹਾਨੂੰ ਪਤਾ ਆਪਣੇ ਖੇਤ ਦਾ ਤੇ ਆਪਣੇ ਡਾਕਰ ਬਹਣਾ ਆਪਾਂ ਪਾਣੀ ਤੋਂ ਪਹਿਲਾਂ ਇੱਥੇ ਜੂਰੀਆ ਜ਼ਰੂਰ ਲਾਵਾਂਗੇ ਤਾਂ ਜੋ ਆਪਣੀ ਜਿਹੜੀ ਕਣਕ ਆ ਪੀਲੀ ਨਾ ਪਵੇ ਪਹਿਲਾ ਜੂਰੀ ਆਪਾਂ ਬਿਲਕੁਲ ਸਿੰਪਲ ਲਾਵਾਂਗੇ ਕੋਈ ਵੀ ਚੀਜ਼ ਐਡ ਨਹੀਂ ਕਰਨੀ ਹੋएगी ਤੇ ਬਹੁਤੇ ਲੋਕੀ ਕਹਿੰਦੇ ਨੇ ਜੀ ਪਹਿਲੇ ਜੂਰੇ ਨਾਲ ਆਪਾਂ ਸਲਫਰ ਪਾ ਦਈਏ ਜਾਂ ਕੋਈ ਇਦਾਂ ਦੇ ਪ੍ਰੋਡੈਕਟ ਆਉਂਦੇ ਨੇ ਜਾਂ 1263 ਆਉਂਦੀ ਆ ਜੀਰੀ ਵਿੱਚ ਵੀ ਆਪਾਂ 1263 ਪਾਈਆ ਪਹਿਲਾ ਜੂਰੀਏ ਦੇ ਨਾਲ ਤਾਂ ਜੋ ਆਪਣੀ ਜਿਹੜੀ ਕਣਕ ਪੀਲੀ ਨਾ ਪਵੇ ਦੇਖੋ ਕਣਕ ਨੇ ਜਿਹੜੀ ਪੀਲੀ ਪੈਣਾ ਉਹ ਤੁਹਾਡੇ ਖੇਤ ਤੇ ਡਿਪੈਂਡ ਹੁੰਦਾ ਜੇ ਡਾਕਰ ਬਹਾਨ ਨੇ 11 ਤਾਂ ਪੀਲੀ ਪੈ ਕੇ ਹੀ ਚੱਲਦੀ ਆ ਪਾਣੀ ਲੱਗੇ ਤੇ ਕਣਕਾਂ ਅਕਸਰ ਪੀਲੀਆਂ ਪੈ ਜਾਂਦੀਆਂ ਨੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਹਾਂ ਜਿਆਦੇ ਪੀਲੀ ਨਾ ਹੋਣ ਦਵੋ ਜੇਕਰ ਤੁਹਾਡੀ ਕਣਕ ਦਾ ਰੰਗ ਜੰਮੇ ਪੀਲਾ ਹੋ ਚੁੱਕਿਆ ਜਿਵੇਂ ਕਿ ਪੀਲਾ ਰੰਗ ਹੁੰਦਾ ਫੇਰ ਤਾਂ ਦੇਖੋ ਖਤਰੇ ਦੀ ਗੱਲ ਆ ਜੇ ਹਲਕਾ ਜਿਹਾ ਹਨਾ ਹਰਾ ਹੁੰਦਾ ਆ ਜਾਂ ਹੁਣ ਦੇਖੋ ਕਣਕ ਕਾਲ ਸਵੰਨ ਤੇ ਆ ਠੀਕ ਆ ਜੇ ਜਿਆਦੇ ਆ ਆਪਣਾ ਜਿਹੜੇ ਗੰਨੇ ਦੇ ਪੱਤੇ ਨੇ ਆਗ ਨੇ ਜੇ ਗੰਨੇ ਦੇ ਆਗਾ ਵਰਗਾ ਹੁੰਦਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਅੱਗੇ ਜਦੋਂ ਜੂਰੀਆ ਵਗੈਰਾ ਲਾਉਂਦੇ ਆ ਉਹਨਾਂ ਦੇ ਨਾਲ ਸੰਭਲੀ ਜਾਂਦੀ ਆ ਤੇ ਕਿਸਾਨ ਪ੍ਰਭ ਇੱਕ ਜਿਹੜੀ ਸਭ ਤੋਂ ਜ਼ਿਆਦਾ ਮੇਨ ਗੱਲ ਆ ਜਦੋਂ ਪਾਣੀ ਦੇਣਾ ਹਨਾ ਕਣਕ ਨੂੰ ਪਾਣੀ ਬੱਤ ਸਿਰ ਪਾਓ ਬੱਦਨਾ ਪਾਓ ਜੇਕਰ ਪਾਣੀ ਬੱਦਲ ਪਾਦੋਗੇ ਤੁਸੀਂ ਜਾਂ ਕਣਕ ਵਾਲਾ ਕਿਹੜਾ ਜਿਹੜਾ ਆਪਣਾ ਓਵਰ ਹੋ ਜਾਵੇਗਾ ਪਾਣੀ ਦੇ ਨਾਲ ਹਨਾ ਓਵਰ ਹੋ ਕੇ ਗਵਾਂਡੀਆਂ ਦੀ ਪੈ ਜਾਣ ਵਾਲੇ ਤਾਂ ਤੁਸੀਂ ਗਵਾਂਡੀਆਂ ਨੂੰ ਇਤਰਾਜ਼ ਕਰਦੇ ਹੋਣਾ ਵੀ ਤੁਹਾਡੇ ਨਾਲ ਗਵਾਂਡੀਆਂ ਦੀ ਲੜਾਈ ਹੁੰਦੀ ਆ ਤੇ ਇਹ ਗੱਲਾਂ ਦਾ ਪਰੇਜ਼ ਰੱਖਿਆ ਕਰੋ ਕਿਹੜਾ ਰਹਿੰਦੇ ਤੇ ਪਾਣੀ ਬੰਦ ਕਰਦੇ ਕਰੋ ਜਿਹੜੀ ਕਣਕ ਦੀ ਖੇਤੀ ਆ ਪਾਣੀ ਦੇ ਸਿਰ ਤੇ ਆ ਕਣਕ ਦਾ ਜਿਹੜਾ ਨਕਾਲਾ ਪਾਣੀ ਦੇ ਸਿਰ ਤੇ ਆ ਜੇ ਕਣਕ ਨੂੰ ਜ਼ਿਆਦਾ ਪਾਣੀ ਆ ਗਿਆ ਤਾਂ ਵੀ ਤੁਹਾਡੀ ਕਣਕ ਘੱਟ ਨਿਕਲੂ ਜੇ ਕਣਕ ਨੂੰ ਸੋਕਾ ਲੱਗ ਗਿਆ ਤਾਂ ਵੀ ਤੁਹਾਡੀ ਕਣਕ ਘੱਟ ਨਿਕਲੇਗੀ ਲੋ ਜੀ ਦੋਸਤੋ ਪਾਣੀ ਲੱਗਣ ਤੋਂ ਪਹਿਲਾਂ ਇੱਕ ਹੋਰ ਦੁਰਘਟਨਾ ਵਾਪਰ ਗਈ ਸਾਡੇ ਨਾਲ ਸਾਡੇ ਕੁਲਦੀਪ ਦਾ ਮੋਬਾਈਲ ਡਿੱਗ ਗਿਆ ਜੀ ਜੂਰੀਆ ਲੈ ਕੇ ਜਾ ਰਹੇ ਸੀ ਤੇ ਪਹਿਲਾਂ ਹੁਣ ਅਸੀਂ ਮੋਬਾਈਲ ਲੱਭਾਂਗੇ ਫਿਰ ਅੱਗੇ ਦੀ ਕਾਰਵਾਈ ਪਾਉਣ ਲੱਗਾਂ ਕੁਲਦੀਪ ਕਿੱਥੇ ਡਿੱਗਿਆ ਦੇਖੋ ਮੋਬਾਈਲ ਫੋਨ ਬਹੁਤ ਵਧੀਆ ਚੀਜ਼ ਆ ਤੇ ਬਹੁਤ ਮਾੜੀ ਚੀਜ਼ ਵੀ ਆ ਜੇ ਇੱਕਨ ਦੇਖੋ ਗੁੰਮ ਹੋ ਜਵੇ ਨਾ ਫਿਰ ਬਹੁਤ ਦੁੱਖ ਲੱਗਦਾ ਵੀ ਮੋਬਾਈਲ ਕਿੱਥੇ ਡਿੱਗ ਗਿਆ ਤੇ ਲੱਭਣਾ ਪੈਣਾ ਕਿੱਥੇ ਮੋਬਾਈਲ ਦੇ ਮੁੱਲ ਦੀ ਅਸੀਂ ਕਣਕ ਨੰ ਮਿੱਧ ਦਈਏ ਆ ਦੇ ਮਿੱਧੀ ਜਾ ਰਹੇ ਹਾਂ ਕਿੱਥੇ ਗਟ ਗਿਆ ਸੀ ਚੱਲ ਦੇਖ ਫਿਰ ਕਿਤੇ ਉਹ ਥੈਲੇ ਦੇ ਲਵੇ ਹੋਵੇਗਾ ਉੱਥੇ ਤਾਂ ਥੈਲਾ ਖੋਲਿਆ ਹੋਰ ਤਾਂ ਆਪਾਂ ਕਿਤੇ ਗਏ ਆ ਹੀ ਨਹੀਂ ਹੈਗੇ ਇੱਥੀ ਸੀ ਚਾ ਲੱਭ ਦਿਆਂ ਫਿਰ ਕਿਸਾਨ ਪ੍ਰਭ ਜਿਹੜੀ ਤੁਸੀਂ ਹੁਣ ਕਣਕ ਦੇਖ ਰਹੇ ਹੋ ਸਕਰੀਨ ਦੇ ਉੱਪਰ ਇਹ ਆਪਣੀ 303 ਵੈਰਾਈਟੀਆਂ ਤੇ ਡਾਕਰ ਬਹਾਨਾ ਦੇ ਵਿੱਚ ਆਪਾਂ ਇਹਦੀ ਬਜਾਈ ਕਰੀ ਆ ਤੇ ਅੱਜ ਇਹਦੀ ਉਮਰ 25 ਦਿਨ ਦੀ ਹੋ ਚੁੱਕੀ ਆ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ 25 ਦਿਨ ਦੀ ਕਣਕ ਦਾ ਕਿਵੇਂ ਦਾ ਰਿਸਪੌਂਸ ਆ ਰਿਹਾ ਕੀ ਤੁਹਾਡੀਆਂ ਵੀ ਕਣਕਾਂ ਹੋ ਗਈਆਂ ਜਾਂ ਮੈਂ ਪਿੱਛੇ ਫਿਰਦਾ ਆਵਾ ਤੇ ਚਲੋ ਕੋਈ ਗੱਲ ਨਹੀਂ ਐ ਤੇ ਆਪਾਂ ਕਣਕ ਤੇ ਪੂਰੀ ਮਿਹਨਤ ਕਰਾਂਗੇ ਦਬਣ ਨਹੀਂ ਦੇਣੀ ਹੈਗੀ ਕਿਸੇ ਵੀ ਗੱਲ ਪੱਖੋਂ ਤੇ ਜੇ ਇੱਕ ਕਿਸਾਨ ਪਰਵਤ ਨੂੰ ਆਪਾਂ 826 ਕਣਕ ਵੀ ਦਿਖਾਉਣੇ ਆ ਵੀ ਉਹ ਨਮਾ ਪੀਆ ਉਹਦਾ ਕਿਵੇਂ ਦਾ ਰਿਸਪੌਂਸ ਆ ਰਿਹਾ ਤੇ ਆ ਗਈਆਂ 303 ਤੇ ਡ੍ਰਿਲ ਮਸ਼ੀਨ ਵਾਲੀ ਕਣਕ ਦੀ ਆਪਣੀ ਸਾਰੀ ਬਜਾਈ ਕੀਤੀ ਆ ਮੱਲਿਆਂ ਦੇ ਵਿੱਚ ਤੁਹਾਨੂੰ ਕਣਕ ਹਮੇਸ਼ਾ ਸੰਗਣੀ ਨਜ਼ਰ ਆਵੇਗੀ ਕਿਉਂਕਿ ਬੀ ਡਬਲ ਪੈ ਜਾਂਦਾ ਆ ਤੇ ਬਾਕੀ ਜਿਹੜੀ ਬੀ ਦੀ ਡੋਜ ਆ ਤੁਸੀਂ ਆ ਦੇਖ ਸਕਦੇ ਹੋ ਵੀ ਆ ਬੀ ਦੀ ਆਪਾਂ ਇੱਥੇ ਤੁਹਾਨੂੰ ਦਿਖਾ ਸਕਦੇ ਹਾਂ ਜਿੱਥੇ ਲੀ ਆ ਗਈ ਆਪਾਂ ਕੀੜੇ ਦੇ ਨਾਲ ਸਪਰੇਅ ਕਰਾਈ ਸੀ ਉੱਥੇ ਦਾਣੇ ਕੁਝ ਨਾ ਕੁਝ ਹਿੱਲ ਜਾਂਦੇ ਨੇ ਤਾਂ ਕਰਕੇ ਉੱਥੇ ਇੱਕਸਾਰ ਤਾਂ ਨਹੀਂ ਰਹਿੰਦੀ ਉੱਥੇ ਐਕੂਰੇਸੀ ਬੀ ਦੀ ਤੁਹਾਨੂੰ ਬਰਾਬਰ ਨਹੀਂ ਆਵੇਗੀ ਤੇ ਬੀ ਉਗੜ ਦੁਗੜਾ ਜਿਹਾ ਨਜ਼ਰ ਆਵੇਗਾ ਹਾਂਜੀ ਕਿਸਾਨ ਪ੍ਰਭ ਮੇਰੇ ਪਿੱਛੇ ਨੂੰ ਤੁਸੀਂ ਦੇਖ ਰਹੇ ਹੋ ਵੀ ਨਮਾ ਕਣਕ ਦੀ ਵੈਰਾਈਟੀ 822 ਜਿਹੜਾ ਕਿ 2023 ਦੇ ਸੀਜ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਫੇਮਸ ਰਿਹਾ ਦੁਕਾਨਦਾਰਾਂ ਕੋਲੋਂ ਇਸ ਬੀ ਦੀ ਡਿਮਾਂਡ ਪੂਰੀ ਨਹੀਂ ਹੋ ਰਹੀ ਕਿਸਾਨ ਭਰਾਵਾਂ ਨੇ ਬਹੁਤ ਇਦੀ ਖਿੱਚ ਰੱਖੀ ਆ 826 ਦੀ ਤੇ ਆਪਾਂ ਵੀ ਕਿਲਾ 2 ਕਿल्ले ਇਹਦੇ ਬੀਜ ਲਏ ਸੀ ਬਹੁਤ ਹੀ ਜਿਆਦਾ ਤਾਂ ਆਪਾਂ ਨਹੀਂ ਬਜਾਈ ਕਰੀ ਹੈਗੀ ਤੇ ਇਹਦਾ ਜੋ ਵੀ ਝਾੜ ਹੋਵਗਾ ਤੁਹਾਡੇ ਨਾਲ ਆਪਾਂ ਸ਼ੇਅਰ ਜਰੂਰ ਕਰਦੇ ਰਹਾਂਗੇ ਤਾਂ ਜੋ ਕਿਸਾਨ ਭਰਾਵਾਂ ਨੂੰ ਨਵੇਂ ਵੈਰਾਈਟੀਆਂ ਬਾਰੇ ਵੀ ਪਤਾ ਲੱਗੇ ਪਰ ਇੱਕ ਗੱਲ ਮੈਂ ਜਰੂਰ ਕਹਾਂਗਾ 826 ਦਾ ਜਿਹੜਾ ਮਡਲੀ ਇਹਦੀ ਉਮਰ ਆ ਉਹਦੇ ਵਿੱਚ ਬਹੁਤ ਜਿਆਦਾ ਵਧੀਆ ਹੋਰਾਂ ਬੀਆਂ ਨਾਲੋਂ ਲੱਗ ਰਹੀ ਆ ਕੋ ਕਿਸਾਨ ਭਰਾਵੋ 826 ਦੇਖੋ ਜੀ ਇਹ ਸੁਪਰ ਸੀਡਰ ਦੀ ਬਜਾਈ ਆ ਆਪਣੀ ਸੁਪਰ ਸੀਡਰ ਵੀ ਐਸ ਵਾਰ ਬਹੁਤ ਜ਼ਿਆਦੇ ਬਜਾਈ ਹੋਈ ਆ ਸੁਪਰ ਸੀਡਰ ਦੀ ਤੇ ਇਹਦਾ ਵੀ ਮੈਨੂੰ ਜਿਹੜਾ ਰਿਸਪੌਂਸ ਆ 25 ਦਿਨਾਂ ਦੀ ਇਹਦੀ ਉਮਰ ਹੋ ਚੁੱਕੀ ਆ 303 ਦੀ ਵੀ 25 ਦਿਨ ਦੀ ਆ ਸੋਹਣੀ ਬਹੁਤ ਲੱਗਦੀ ਆ 826 ਜੀ ਲੱਗ ਰਿਹਾ ਖੇਤ ਨੂੰ ਦੇਖ ਕੇ 303 ਇਦੋਂ ਥੋੜੀ ਜੀ ਨਿੰਮਦੀ ਆ ਉਹ ਇੰਨੀ ਤਾਕੜੀ ਨਹੀਂ ਹੋਈ 826 ਤਾਕੜੀ ਜ਼ਿਆਦਾ ਹੋਗੀ ਇਹ ਵੀ ਆਪਾਂ ਇੱਥੇ ਵਕੀਰਾ ਸਪਰੇਅ ਕਰੀ ਹੋਈ ਆ ਪੀਏਈ ਕੰਪਨੀ ਦੀ ਤੇ ਆ ਕੀੜੇ ਦੀਆਂ ਇਹਦੇ ਵਿੱਚ ਲੀਹਾਂ ਹੈਗੀਆਂ ਨੇ ਤੇ ਇੱਥੇ ਵੀ ਆਪਾਂ ਦੇਖਦੇ ਆ ਵੀ ਕੀ ਰਿਸਪੌਂਸ ਆਵੇਗਾ ਗੁੱਲੀ ਡੰਡੇ ਦਾ ਤੁਹਾਡੇ ਨਾਲ ਸ਼ੇਅਰ ਕਰ ਦੇਣਾਗੇ ਪਿਛਲੇ ਸਾਲ ਵੀ ਆਪਾਂ ਵਕੀਰਾ ਕਰੀ ਸੀ ਤੇ ਵਧੀਆ ਰਿਸਪੌਂਸ ਹੁੰਦਾ ਤੇ ਕੀ ਕਿਸਾਨ ਭਰਾ ਹੁਣ ਪੁੱਛ ਰਹੇ ਸੀ ਵੀ ਅਸੀਂ ਵਕੀਰਾ ਨਹੀਂ ਕਰ ਪਏ ਜਾਂ ਉਹਨਾਂ ਕੋਲੇ ਇਹਦੇ ਜਿਹੜੀ ਆਪਣਾ ਸਪਰੇਅ ਕਰਨ ਵਾਲਾ ਕੀੜਾ ਜਿਹਾ ਹੁੰਦਾ ਜਾਂ ਘੋੜਾ ਕਹਿੰਦੇ ਨੇ ਕੀ ਕਿਸਾਨ ਭਰਾ ਕੀ ਇਹਦਾ ਕੋਈ ਹੱਲ ਹੈਗਾ ਵੀ ਕਿਤੋਂ ਸਾਨੂੰ ਅਰੇਂਜ ਕਰਾ ਦਿੰਦੇ ਹਨਾ ਤੇ ਉਹ ਉਹਨਾਂ ਦੀ ਸਪਰੇਅ ਖੁੰਝ ਗਈ ਕਿਸਾਨ ਭਰਾ ਉਹਨਾਂ ਨੂੰ ਨਰਾਜ਼ ਹੋਣ ਦੀ ਲੋੜ ਨਹੀਂ ਜਿਹੜੀ ਇਹ ਸਪਰੇਅ ਆ ਵਕੀਰਾ ਪੀਆਈ ਕੰਪਨੀ ਦੀ ਪੀਆਈ ਕੰਪਨੀ ਖੁਦ ਕਹਿੰਦੀ ਆ ਵੀ ਜੇਕਰ ਤੁਸੀਂ ਬਜਾਈ ਮੋਕੇ ਇਹਦੀ ਸਪਰੇਅ ਨਹੀਂ ਕਰ पाए ਤਾਂ ਪਾਣੀ ਤੋਂ 3 ਦਿਨ ਪਹਿਲਾਂ ਤੁਸੀਂ ਸਪਰੇਅ ਕਰ ਸਕਦੇ ਹੋ ਇਸ ਲਈ ਕਿਸਾਨ ਭਰਾਵੋ ਜੇਕਰ ਤੁਹਾਡੀ ਗੁੱਲੀ ਡੰਡੇ ਵਾਲੀ ਸਪਰੇਅ ਰਹਿ ਚੁੱਕੀ ਆ ਤਾਂ ਤੁਸੀਂ ਪਾਣੀ ਦੇਣ ਤੋਂ 3 ਦਿਨ ਪਹਿਲਾਂ ਵੀ ਇਹ ਸਪਰੇਅ ਕਰ ਸਕਦੇ ਹੋ ਫਿਰ ਉਹਦੇ ਵਿੱਚ ਪੈੱਡੀ ਜਿਹੜੀ ਸਪਰੇਅ ਹੁੰਦੀ ਆ ਪੀਲੇ ਜੇ ਰੰਗ ਦੀ ਪੈੱਡੀ ਉਹ ਨਹੀਂ ਪਾਉਣੀ ਜਾਂਕਿ ਪੀਆਈ ਕੰਪਨੀ ਦੀ ਬੰਕਰ ਆਉਂਦੀ ਆ ਬੰਕਰ ਨੂੰ ਬਿਲਕੁਲ ਨਹੀਂ ਪਾਉਣਾ ਸਿਰਫ ਸਿਰਫ ਇੰਨੀ ਕਿਹੜੀ ਸ਼ੀਸ਼ੀ ਹੁੰਦੀ ਆ ਕਾਲੇ ਰੰਗ ਦੀ ਤੁਸੀਂ ਛੋਟੀ ਵਾਲੀ ਸ਼ੀਸ਼ੀ ਹੀ ਸਪਰੇਅ ਕਰਨੀ ਆ 200 ਲੀਟਰ ਪਾਣੀ ਜਾਂ 250 ਲੀਟਰ ਪਾਣੀ ਇਕੜ ਦਾ ਤੁਸੀਂ ਉਹ ਕੱਲੀ ਇੰਨੀ ਕ ਵਕੀਰਾ ਪੀਏ ਕੰਪਨੀ ਦੀ ਸੀਸੀ ਪਾ ਕੇ ਸਪਰੇਅ ਕਰ ਸਕਦੇ ਹੋ ਤੇ ਤੁਹਾਡਾ ਗੁੱਲੀ ਡੰਡਾ ਬਹੁਤ ਜ਼ਿਆਦਾ 90% ਤੱਕ ਕੰਟਰੋਲ ਹੋ ਜਾਵੇਗਾ 100% ਮੈਂ ਨਹੀਂ ਕਹਾਗਾ ਕਿਉਂਕਿ 100% ਰਿਜ਼ਲਟ ਨਹੀਂ ਮਿਲਦੇ ਹੈਗੇ ਵਕੀਰਾ ਦੇ ਵੀ ਕਿਹੜੀ ਮਰਜੀ ਸਪਰੇਅ ਆ 100% ਰਿਜ਼ਲਟ ਨਹੀਂ ਮਿਲਦੇ 90% ਹੀ ਮੈਂ ਕਹਾਗਾ ਕਿਉਂਕਿ ਮੈਨੂੰ 90% ਰਿਜ਼ਲਟ ਮਿਲਦੇ ਇਸ ਲਈ ਜੇਕਰ ਤੁਹਾਡੇ ਖੇਤਾਂ ਵਿੱਚ ਗੁੱਲੀ ਟੰਡਾ ਨਜਾਇਜ਼ ਹੁੰਦਾ ਆ ਤਾਂ ਤੁਸੀਂ ਵਕੀਰਾ ਪੀਏ ਕੰਪਨੀ ਦੀ ਤਿੰਨ ਦਿਨ ਪਹਿਲਾਂ ਵੀ ਸਪਰੇਅ ਕਰਕੇ ਇਹਦਾ ਤੁਸੀਂ ਫਾਇਦਾ ਲੈ ਸਕਦੇ ਹੋ ਹਾਂਜੀ ਦੋਸਤੋ ਜਿਹੜੇ ਵੀ ਕਿਸਾਨ ਭਰਾਵਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਕੋਈ ਵੀ ਸਮੱਸਿਆਵਾਂ ਹੁੰਦੀਆਂ ਨੇ ਮੈਂ ਨੀਚੇ ਨੰਬਰ ਮੈਂਸ਼ਨ ਕਰ ਰਹੇ ਹਾਂ ਇਹ ਨੰਬਰ ਤੇ ਤੁਸੀਂ WhatsApp ਦੇ ਜ਼ਰੀਏ ਆਪਾਂ ਨੂੰ ਕੋਈ ਵੀ ਸਮੱਸਿਆ ਆਪਣੀ ਬੋਲ ਕੇ ਜਾਂ ਵੀਡੀਓ ਬਣਾ ਕੇ ਸੈਂਡ ਕਰਦਿਆ ਕਰੋ ਆਪਾਂ 24 ਘੰਟਿਆਂ ਦੇ ਅੰਦਰ-ਅੰਦਰ ਤੁਹਾਡੇ ਰਿਪਲਾਈ ਜ਼ਰੂਰ ਕਰਾਂਗੇ ਤੇ ਕਿਸਾਨਪ੍ਰਭ ਫੋਨ ਕਾਲ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਬਹੁਤ ਜ਼ਿਆਦਾ ਫੋਨ ਕਾਲਸ ਆਉਂਦੀਆਂ ਨੇ ਤੇ ਇੰਨੀ ਐਟੈਂਡ ਨਹੀਂ ਹੋ ਪਾਉਂਦੀਆਂ ਤੇ ਮੈਸੇਜ ਜ਼ਰੂਰ ਕਰ ਦਿਆ ਕਰੋ ਤੇ ਆ ਜਿਹੜੀਆਂ ਦਿਵਾਲੀ ਨੂੰ ਝਾੜੀਆਂ ਸੀ ਉੱਪਰ ਨੂੰ ਪੰਜਾਬ ਤਾਂ ਬੱਸ ਸਿੱਟ ਕਹਿੰਦੇ ਨੇ ਸਾਡੇ ਮਾਲਵੇ ਦੇ ਵਿੱਚ ਇਹਨੂੰ ਇਹ ਸਿੱਟਾਂ ਹੀ ਬਹੁਤ ਫਿਰਦੀਆਂ ਨੇ ਇੱਥੇ ਮੈਂ ਵੀ ਝਾੜੀਆਂ ਸੀ ਦਿਵਾਲੀ ਵਾਲੇ ਦਿਨ ਭਾਈ ਇਹ ਹੁਣ ਖੇਤ ਚੋਂ ਆਪਾਂ ਕੱਢ ਕੇ ਬਾਹਰ ਸਿੱਟਦੀਏ ਕਿਉਂਕਿ ਖੇਤਾਂ ਦੇ ਵਿੱਚ ਬਹੁਤ ਫਿਰਦੀਆਂ ਨੇ ਕੋਈ ਵੀ ਖੇਤ ਦੇ ਵਿੱਚ ਇਦਾਂ ਦੀ ਚੀਜ਼ ਹੋਵੇ ਤਾਂ ਚੱਕ ਕੇ ਬਾਹਰ ਸੁੱਟ ਦਿਆ ਕਰੋ ਤੇ ਇਹਨੂੰ ਅੱਗ ਲਗਾ ਦਿਆ ਕਰੋ ਵੈਸੇ ਅੱਗ ਨਹੀਂ ਲਗਾਉਣੀ ਚਾਹੀਦੀ ਪਰ ਆਪਾਂ ਇੱਥੇ ਸਿੱਟਦੀ ਦੀ ਆ ਤੇ ਆਹ ਦੇਖ ਲਓ ਪਹਿਲਾਂ ਵੀ ਅੱਗ ਲਾ ਦਿੰਨੇ ਉਹਨੇ ਇੱਥੇ ਚੀਜ਼ਾਂ ਸਿੱਟ ਕੇ ਖਾਦੀਆਂ ਸਾਰੀਆਂ ਨਾਲੇ ਆੜਕਵਾੜ ਜਾਂ ਮੱਚ ਜਾਂਦਾ ਤੇ ਇਹ ਚੀਜ਼ਾਂ ਨੂੰ ਆਪਾਂ ਇੱਥੇ ਅੱਗ ਲਗਾ ਦਿੰਨੇ ਆ ਕਿਸਾਨ ਭਰਾਵੋ ਫਸਲ ਨੂੰ ਆਪਾਂ ਜੰਗਲੀ ਸੂਰਾਂ ਤੋਂ ਬਚਾਉਣ ਦੇ ਲਈ ਕੀ ਕੀ ਕਰ ਸਕਦੇ ਆ ਉਹਦੇ ਲਈ ਆਪਾਂ ਇੱਕ ਝਟਕਾ ਤਾਰਕ ਮਾਰਿਆ ਦੇ ਮੇਰੇ ਹੱਥ ਵਿੱਚ ਤਾਰ ਆ ਤੇ ਇੱਕ ਗਿੱਟੀਆਂ ਨੇ ਇਹਦੇ ਵਿੱਚ ਆਪਾਂ ਡੀਸੀ ਕਰੰਟ ਛੱਡਾਂਗੇ ਤੇ ਆਪਣੇ ਖੇਤ ਦੇ ਆਲੇ-ਦੁਆਲੇ ਆ ਦੇਖ ਸਕਦੇ ਹੋ ਵੀ ਗੰਨੇ ਹੀ ਗੰਨੇ ਆ ਗੰਨੇ ਦੇ ਵਿੱਚ ਜੰਗਲੀ ਸੂਰ ਰਹਿੰਦੇ ਨੇ ਇਹਨਾਂ ਦੀ ਵਜ੍ਹਾ ਕਰਕੇ ਪਹਿਲਾਂ ਆਪਣਾ ਝੋਨਾ ਇੱਥੋਂ ਘੱਟ ਨਿਕਲਿਆ ਝੋਨਾ ਇਹਨਾਂ ਨੇ ਮਿੱਧ ਦਿੱਤਾ ਸੀ ਤੇ ਬਹੁਤ ਜ਼ਿਆਦਾ ਤਬਾਹੀ ਮਚਾਉਂਦੇ ਨੇ ਤੇ ਅੱਜ ਆਪਾਂ ਇਹਨਾਂ ਦੀ ਰੋਕਥਾਮ ਲਈ ਕਣਕ ਨੂੰ ਪਾਣੀ ਦੇਣ ਤੋਂ ਪਹਿਲਾਂ ਕਿਉਂਕਿ ਗਿੱਲੇ ਦੇ ਵਿੱਚ ਆ ਕੇ ਲੱਤੜਦੇ ਨੇ ਹੁਣ ਕਣਕ 25 ਦਿਨਾਂ ਦੀ ਹੋ ਗਈ ਤੇ ਆ ਤੁਹਾਨੂੰ ਦਿਖਾ ਦਿੰਨਾ ਥੋੜਾ ਜਿਹਾ ਦੇਖੋ ਕਾਰਵਾਈ ਕਰੀ ਹੋਈ ਆ ਜੰਗਲੀ ਸੂਰ ਨੇ ਇਹਨਾਂ ਦਾ ਕੰਮ ਹੁੰਦਾ ਬੱਟਾ ਬੱਟਾ ਸਾਰੀਆਂ ਖਰਾਬ ਕਰ ਦੇਣੀਆਂ ਹੁੰਦੀਆਂ ਨੇ ਗਿੱਲੇ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਮਸਤੀ ਕਰਦੇ ਨੇ ਹਨਾ ਖੇលਦੇ ਰਹਿੰਦੇ ਨੇ ਤੇ ਹੁਣ ਆਪਾਂ ਉਹਨਾਂ ਦੇ ਲਈ ਰੋਕ ਥਾਮ ਲਈ ਆ ਹਾ ਝਟਕਾ ਜਿਹੜੀ ਤਾਰਾ ਘਮਾਵਾਂਗੇ ਤੇ ਆਪਾਂ ਡੀਸੀ ਗਰੰਟੀ ਇਹਦੇ ਵਿੱਚ ਛੱਡਾਂਗੇ ਕਿਵੇਂ ਲਾਈ ਜਾਂਦੀ ਆ ਆਪਾਂ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਆਪਾਂ ਇਦਾਂ ਲੱਕੜ ਦੇ ਇਹ ਕਰਵਾ ਲੈਣੀਆਂ ਨੇ ਪੈਨਸਲਾਂ ਜੀਆਂ ਜਿੰਨੂੰ ਕਿ ਆਪਾਂ ਬਾਲੇ ਕਹਿ ਸਕਦੇ ਆ ਤੇ ਇਹ ਕਰਵਾ ਕੇ ਆਪਾਂ ਇੱਕਨ ਗੱਡ ਦੇਣਾ ਆ ਕਾਰਨਰ ਤੇ ਤੇ ਗਾਹਾਂ ਆਪਾਂ ਗੱਡੀ ਚੱਲਣੇ ਆ ਤੇ ਇਹ ਤੇ ਆਪਾਂ ਪਲਾਸਟਿਕ ਦੀ ਗਿੱਟੀ ਲਗਾ ਦੇਣੀ ਆ ਤੇ ਇਹਦੇ ਵਿੱਚ ਇਤਾਰ ਲੰਘ ਜਾਣੀਆਂ ਹਾਂਜੀ ਦੋਸਤੋ ਆ ਆਪਾਂ ਨੇ ਇੱਕ ਤਾਰ ਬੰਨ੍ਹ ਦਿੱਤੀ ਆ ਜਿਹੜੀ ਕਿ ਝਟਕਾ ਤਾਰ ਕਹਿੰਦੇ ਆ ਜਿਹਨੂੰ ਆਪਾਂ ਕੁੱਪਾ ਲਈ ਤਾਰ ਹੁੰਦੀ ਆ ਸਿੰਪਲ ਤੇ ਇਹਦੇ ਵਿੱਚ ਆਪਾਂ ਡੀਸੀ ਕਰੰਟ ਛੱਡ ਦੇਣਾ ਹੁੰਦਾ ਆ ਫਿਰ ਜਿਹੜਾ ਸੂਰ ਆ ਜਾਂ ਕੋਈ ਹੋਰ ਜੰਗਲੀ ਜਾਨਵਰ ਆ ਉਹ ਨਹੀਂ ਹੁੰਦਾ ਉਹਦੇ ਡੀਸੀ ਕਰੰਟ ਲੱਗਦਾ ਆ ਇਸ ਤਰੀਕੇ ਦੇ ਨਾਲ ਆਪਾਂ ਇਹ ਲੱਕੜ ਦਾ ਬੱਲਾ ਜਾਂ ਗੱਟ ਕੇ ਉੱਤੇ ਗਿੱਟੀ ਲਾ ਕੇ ਤੇ ਇਹ ਬੰਨ੍ਹ ਦਿੱਤੀ ਜਾਂਦੀ ਆ ਇਹਦੇ ਵਿੱਚ ਕਰੰਟ ਹੋਵੇਗਾ ਤੇ ਜਿਹੜਾ ਗਿੱਟੀ ਆ ਇਹਨੇ ਕਰੰਟ ਅਰਥ ਨਹੀਂ ਆਉਂਦਿਆਂ ਤਾਂ ਕਰਕੇ ਆ ਪਲਾਸਟਿਕ ਦੀ ਗਿੱਟੀ ਲਗਾਈ ਜਾਂਦੀ ਆ ਇਹਦੇ ਤੇ ਇਹ ਆਪਾਂ ਭਾਤਸੋ ਤੋਂ ਲੈ ਕੇ ਆਏ ਸੀ ਸਾਡੇ ਨੇ ਜਿੱਦੀ ਕੀ ਸਹਰ ਪੈਂਦਾ ਭਾਤਸੋ ਉੱਥੋਂ ਮਿਲਦੀਆਂ ਨੇ ਗਿੱਟੀਆਂ 8 ਰੁਪਏ ਦੀ ਗਿੱਟੀ ਆ ਤੇ 5 ਕਹ ਹਜ਼ਾਰ ਦੀ ਉਹ ਝਟਕਾ ਮਸ਼ੀਨ ਆ ਤੇ ਉਹ ਡੀਸੀ ਕਰੰਟ ਬੈਟਰੀ ਦੇ ਨਾਲ ਚੱਲਦੀ ਆ ਤੇ ਇਸੇ ਤਰ੍ਹਾਂ ਆਪਾਂ ਨੇ ਹੋਰ ਇੱਕਣ ਦੂਰ ਦੂਰ ਢੱਕੇ ਗੱਡ ਕੇ ਇਹ ਅੱਜ ਇਹਦੀ ਆਪਾਂ ਨੇ ਫੀਟਿੰਗ ਕਰ ਦਿੱਤੀ ਆ ਤੇ ਹੱਥ ਦੇਖ ਸਕਦੇ ਹੋ ਤਾਰ ਕਸਣ ਦੇ ਨਾਲ ਇਹ ਜੇ ਹੋ ਗਏ ਕੰਮ ਕਰਨਾ ਖੇਤੀ ਦਾ ਕੋਈ ਸੌਖਾ ਨਹੀਂ ਹੁੰਦਾ ਔਖਾ ਹੀ ਹੁੰਦਾ ਚਲੋ ਕੋਈ ਗੱਲ ਨਹੀਂ ਕੰਮ ਕਰਦੇ ਰਹਿਣਾ ਚਾਹੀਦਾ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਜਿਹੜਾ ਆਪਣਾ ਡੀਸੀ ਗਰੰਟ ਹੈ ਕੰਮ ਕਿਵੇਂ ਕਰਦਾ ਹੈ ਆ 5000 ਦਾ ਡੱਬਾ ਜਿਹਾ ਆਉਂਦਾ ਹੈ ਜਿਸ ਤੇ ਚੌਂਕੀਦਾਰ ਲਿਖਿਆ ਹੋਇਆ ਹੈ ਹਰਿਆਣੇ ਦੇ ਵਿੱਚ ਬਣਦਾ ਹੈ ਇਹ ਇਤੋਂ ਸਸਤੇ ਵੀ ਮਿਲ ਜਾਂਦੇ ਨੇ ਪਰ ਇਹ 5000 ਦਾ ਤਾਂ ਮਿਲਿਆ ਸੀ ਕਿਉਂਕਿ ਇਹਦੇ ਵਿੱਚ ਇੱਕ ਇਨਵਰਟਰ ਦੀ ਵੀ ਆਪਸ਼ਨ ਹੈਗੀ ਆ ਜੇਕਰ ਆਪਣਾ ਖੇਤ ਕਿਤੇ ਦੂਰ ਆ ਆਪਾਂ ਬੈਂਟਰਾਂ ਰੱਖਿਆ ਹੋਇਆ ਬੈਟਰੀ ਵਾਲਾ ਪਲੱਗ ਆ ਦੇਖੋ ਆਹ ਵਾਲੀ ਜਿਹੜੀ ਤਾਰ ਆ ਇਹ ਵਾਲੀ ਤਾਰ ਆਪਣੀ ਇਹਦੇ ਵਿੱਚ ਮੈਨ ਚਲਾਈ ਹੋਈ ਹੈ ਇੱਥੇ ਠੀਕ ਹੈ ਬੈਟਰੀ ਤੇ ਇੱਥੇ ਇੱਕ ਸੋਲਰ ਵਾਲੀ ਵੀ ਲੱਗ ਜਾਂਦੀ ਹੈ ਤੁਹਾਨੂੰ ਦਿਖਾ ਦਿੰਨੇ ਆ ਕਰਕੇ ਠੀਕ ਹੈ ਜੀ ਆਹ ਜਿਹੜੀ ਪਹਿਲਾਂ ਲੱਗੀ ਹੋਈ ਆ ਆ ਦੇਖੋ ਬੈਟਰੀ ਵਾਲੀ ਲੱਗੀ ਹੋਈ ਆ ਤੇ ਕਿੱਥੇ ਸੋਲਰ ਵਾਲੀ ਵੀ ਲੱਗ ਜਾਂਦੀ ਹੈ ਸੋਲਰ ਵਾਲੀ ਦਾ ਫਾਇਦਾ ਇਹ ਹੁੰਦਾ ਵੀ ਬੈਟਰੀ ਆਟੋਮੈਟਿਕਲੀ ਚਾਰਜ ਹੋਈ ਜਾਂਦੀ ਹੈ ਖੇਤ ਦੇ ਅੰਦਰ ਹੀ ਆਪਣਾ ਖੇਤ ਦੂਰ ਹੁੰਦਾ ਹੈ ਪਰ ਆਪਾਂ ਇੱਥੇ ਇਨਵਰਟਰ ਜਿਹੜਾ ਉਹ ਕਿ ਆਪਣਾ ਘਰ ਵਾਲਾ ਇਨਵਰਟਰ ਹੁੰਦਾ ਉਹ ਰੱਖਿਆ ਹੋਇਆ ਟੈਂਪਰੀਰੀ ਆ ਇਹ ਇਨਵੈਟਰ ਦੇ ਨਾਲ ਪਹਿਲਾਂ ਆਪਾਂ ਬੈਟਰੀ ਚਾਰਜ ਕਰ ਲੈਣੇ ਆ ਬੈਟਰੀ ਇੱਕ ਵਾਰੀ ਚਾਰਜ ਹੋ ਕੇ 10 ਦਿਨ ਲੰਘ ਜਾਂਦੇ ਨੇ 10 ਦਿਨਾਂ ਦੇ ਲਈ ਫਿਰ ਆਪਾਂ ਆਹ ਪਲੱਗ ਇਹਦੇ ਵਿੱਚ ਪਾ ਕੇ ਚੌਂਕੀ ਤਰ੍ਹਾਂ ਆਪਦਾ ਕਰੰਟ ਬਣਾਉਂਦਾ ਆ ਤੇ ਇਸ ਤਰਫੇ ਦੇ ਦੋ ਪੁਆਇੰਟ ਹੁੰਦੇ ਨੇ ਇੱਕ ਅਰਥ ਹੁੰਦਾ ਆ ਆਹ ਦੇਖ ਲਓ ਤੇ ਇੱਕ ਫੇਸ ਹੁੰਦਾ ਆ ਜਿਹੜਾ ਕਿ ਮੇਨ ਹੁੰਦਾ ਆ ਜਿਹੜਾ ਮੇਨ ਲੱਗਿਆ ਹੋਇਆ ਇਹ ਗਾਹਾਂ ਜਾ ਕੇ ਜਿਹੜਾ ਆਪਾਂ ਨੇ ਖੇਤ ਦੇ ਆਲੇ-ਦੁਆਲੇ ਬਾਉਂਡਰੀ ਵਾਲ ਕਮਾਇਆ ਆ ਯਾ ਤਾਰ ਦਾ ਗਿੱਟੀਆਂ ਲਾ ਕੇ ਆ ਦੇਖੋ ਆ ਗਿੱਟੀ ਲੱਗੀ ਹੋਈ ਆ ਉਹ ਗਾਹਾਂ ਅਰਥ ਨਹੀਂ ਹੋ ਰਹੀ ਗਿੱਟੀ ਗਾਹਾਂ ਫਿਰ ਇਹ ਜਿਹੜੀ ਤਾਰ ਤੇ ਗਾਹ ਪੂਰੇ ਖੇਤ ਨੂੰ ਇੱਕ ਕਰੰਟ ਜਾਂਦਾ ਆ ਆ ਤਾਰ ਦੇਖੋ ਬਿਲਕੁਲ ਕੰਦਰ ਨਾਲ ਵੀ ਆਪਣੇ ਟੱਚ ਨਹੀਂ ਹੋਣ ਦੇਣੀ ਤੇ ਉੱਪਰ ਵੀ ਨਹੀਂ ਟੱਚ ਹੋਣ ਦੇਣੀ ਉੱਪਰ ਗਿੱਟੀ ਲਾਤੀ ਤੇ ਇਸ ਤਰ੍ਹਾਂ ਹੁਣ ਹਨੇਰਾ ਹੈ ਨਹੀਂ ਮੈਂ ਤੁਹਾਨੂੰ ਦਿਖਾ ਦਿੰਦਾ ਆਪਣੇ ਆਲੂਆਂ ਦੇ ਆਲੇ-ਦਲੇ ਇਹਦਾ ਘੇਰਾ ਬਣਾਇਆ ਹੋਇਆ ਐ ਇਸੇ ਤਰ੍ਹਾਂ ਆਪਾਂ ਕਣਕ ਦੇ ਆਲੇ-ਦਲੇ ਇਹਦਾ ਘੇਰਾ ਬਣਾਏ ਤੇ ਆਪਾਂ ਇਹ ਚੌਂਕੀਦਾਰ ਉੱਥੇ ਲੈ ਜਾਵਾਂਗੇ ਦੋ ਦਿਨਾਂ ਦੇ ਲਈ ਤੇ ਉੱਥੇ ਆਪਾਂ ਕਰੰਟ ਛੱਡ ਦਵਾਂਗੇ ਤਾਂ ਜੋ ਜੰਗਲੀ ਸੂਰ ਵਗੈਰਾ ਆਪਣੇ ਖੇਤ ਵਿੱਚ ਨਹੀਂ ਆਉਣਗੇ ਜਿਹੜਾ ਅਰਥ ਵਾਲਾ ਸਿਸਟਮ ਆ ਆ ਇੱਥੇ ਅਰਥ ਇਹਦਾ ਗੱਡਿਆ ਹੋਇਆ ਤੇ ਇਥੋਂ ਚੱਲਦਾ ਆ ਇਹਦਾ ਕਿਸਾਨ ਪ੍ਰਭ ਬਹੁਤ ਵਧੀਆ ਫਾਇਦਾ ਆ ਤੁਹਾਡੇ ਖੇਤ ਦੇ ਵਿੱਚ گاਵਾ ਆਉਂਦੀਆਂ ਨੇ ਜੰਗਲੀ ਜਾਨਵਰ ਆਉਂਦੇ ਨੇ ਸਾਰੇ ਆਉਣੋਂ हट ਜਾਣਗੇ ਤੁਹਾਡਾ ਵਨ ਟਾਈਮ 7-8000 ਰੁਪਏ ਲੱਗੇਗਾ ਤੇ ਜਿਹੜੀ ਇਹਦੀ ਕੰਪੈਸਿਟੀ ਆ 50 ਕਿਲਿਆਂ ਦੀ ਕਪੈਸਿਟੀ ਹੈ ਇਹਦੀ ਇਹ ਆ ਸਵਿਚ ਵਗੈਰਾ ਜਿਹੜੀਆਂ ਲੱਗੀਆਂ ਹੋਈਆਂ ਨੇ ਬਹੁਤ ਵੱਖ-ਵੱਖਰੇ ਫੰਕਸ਼ਨ ਨੇ ਮੈਨੂੰ ਵੀ ਨਹੀਂ ਹਾਲੇ ਪਤਾ ਹੈਗਾ ਤੇ ਆ ਮੇਨ ਸਵਿਚ ਆ ਆਹ ਔਨ ਕਰਤੀ ਆਪਾਂ ਨੇ ਤੇ ਆ ਤੁਸੀਂ ਬਲੂ ਰੰਗ ਦੀ ਲਾਈਟ ਦੇਖ ਸਕਦੇ ਹੋ ਤੇ ਸਾਊਂਡ ਵੀ ਸੁਣ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਐਂਡ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਦੇ ਰਹਿਆ ਕਰੋ ਕਮੈਂਟ ਵੀ ਹਰ ਇੱਕ ਬੰਦਾ ਵੀਡੀਓ ਦੇਖ ਕੇ ਜਰੂਰ ਕਰਦੇ ਰਹਿਆ ਕਰੋ ਤੇ ਤੁਹਾਡੀ ਜਿਹੜੀ ਵੀ ਖੇਤੀਬਾੜੀ ਨਾਲ ਸੰਬੰਧ ਕੋਈ رائے ਹੁੰਦੀ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸ ਦਿਆ ਕਰੋ ਤੇ ਦੋਸਤੋ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਫੋਲੋ ਨਹੀਂ ਕਰਿਆ ਤੇ ਆਪਣੇ ਝਾਜਾ ਐਗਰੀਕਲਚਰ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਣੇ ਰਹੋ ਆਪਣੇ ਝਾਜਾ ਐਗਰੀਕਲਚਰ ਚੈਨਲ ਤੇ